ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਕੀ ਹਾਲ ਚਾਲ ਨੇ ਮਿੱਤਰੋ? ਅਤੇ ਅੱਜ ਦਾ ਦਿਨ ਹੈਗਾ ਐਤਵਾਰ, ਆਪਾਂ ਚੱਲਦੇ ਹਾਂ ਰਾਈਡ 'ਤੇ। ਜੀ ਆਪਣੀ ਪਹਿਲੀ ਰਾਈਡ ਸੀ ਅੱਜ, ਸਾਈਕਲ ਰਾਈਡ ਦੁਖਨਿਵਾਰਨ ਸਾਹਿਬ ਤੱਕ, ਅਤੇ ਮੈਂ ਅੱਧ 'ਚ ਪਹੁੰਚਿਆ ਹੋਇਆ। ਬਾਕੀ ਹੁਣ ਇਹ ਤੋਂ ਦੇਖਦੇ ਹਾਂ ਅੱਗੇ ਕਿੱਥੇ ਕੰਟੀਨਿਊ ਕਰ ਸਕਦੇ ਹਾਂ। ਹਾਂਜੀ, ਤਕਰੀਬਨ 8 ਕਿਲੋਮੀਟਰ ਦਾ ਆਪਾਂ ਸਫ਼ਰ ਤੈਅ ਕਰ ਚੁੱਕੇ ਹਾਂ, ਘਰ ਤੋਂ ਲੈ ਕੇ ਦੁਖਨਿਵਾਰਨ ਸਾਹਿਬ ਤੱਕ, ਅਤੇ ਉਹ ਤੋਂ ਸਿੱਧਾ ਹੀ ਆਪਾਂ ਲੀਲਾ ਭਵਨ ਵਾਲੇ ਪਾਸੇ, ਅਤੇ ਉਹ 22 ਨੰਬਰ ਵਾਲਾ ਪੁੱਲ ਉੱਤਰ ਕੇ, ਅਤੇ ਮੈਂ ਜਿਹੜੀ ਅੱਗੇ ਸਾਹਮਣੇ ਮਾਰਕੀਟ ਉੱਥੇ ਖੜ੍ਹਾ, ਤੁਸੀਂ ਦੇਖ ਸਕਦੇ ਹੋ ਬਿਲਕੁਲ ਖਾਲੀ ਪਿਆ ਪਿੱਛੇ, ਕੋਈ ਵੀ ਨਹੀਂ ਹੈਗਾ। ਸ਼ਾਮ ਨੂੰ ਜਦੋਂ ਅਸੀਂ ਇੱਥੇ ਆਵਾਂ ਤੁਹਾਨੂੰ ਪਾਰਕਿੰਗ ਨਹੀਂ ਮਿਲਦੇ ਹੁੰਦੇ। ਸੋ ਆਪਾਂ ਫਿਨਿਸ਼ ਕਰ ਚੁੱਕੇ ਆਪਣੀ ਫਸਟ ਸੋਲੋ ਰਾਈਡ ਇਨ ਪਟਿਆਲਾ। 10-11 ਕਿਲੋਮੀਟਰ ਦਾ ਹੀ ਸਾਰਾ ਟ੍ਰਿਪ ਰਿਹਾ ਆਲ ਟੁਗੈਦਰ, ਕੁਆਇਟ ਇੰਜੋਏਬਲ। ਬਾਕੀ ਹੋਰ ਵੀ ਰਾਈਡਰਸ ਮਿਲੇ ਨੇ, ਹੋਪਫੁਲੀ ਟਮਾਰੋ ਔਨ ਗੋਇੰਗ ਟੂ ਬੀ ਬਿਟ ਇੰਟਰਸਟਿੰਗ, ਲਿਟਲ ਬਿਟ ਚੈਲੇਂਜਿੰਗ, ਬਟ ਇਹ ਤਾਂ ਆਪਾਂ ਨੂੰ ਚਾਹੀਦਾ ਸੀ।